ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ। ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ, ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ, ਤਾਂ ਫਿਰ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ, ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਜੋ ਵੀ ਗੱਲਬਾਤ ਆਪਾਂ ਕਰਨ ਜਾ ਰਹੇ ਹਾਂ ਨਾ, ਇਹਨੂੰ ਸੁਣਨ ਤੋਂ ਬਾਅਦ ਸਾਡੀ ਜ਼ਿੰਦਗੀ ਦੀਆਂ ਕਈ ਮੁਸ਼ਕਲਾਂ, ਪਰੇਸ਼ਾਨੀਆਂ, ਚਿੰਤਾਵਾਂ ਦਾ ਹੱਲ ਸਾਨੂੰ ਮਿਲ ਜਾਵੇਗਾ। ਮਾੜੇ ਤੋਂ ਮਾੜੇ ਸਮੇਂ ਦੇ ਵਿੱਚ ਕਿੰਜ ਆਪਾਂ ਖੁਸ਼ ਰਹਿ ਸਕਦੇ ਹਾਂ, ਚੜ੍ਹਦੀ ਕਲਾ ਦੇ ਵਿੱਚ ਰਹਿ ਸਕਦੇ ਹਾਂ, ਉਸ ਮਾੜੇ ਸਮੇਂ ਦੇ ਵਿੱਚੋਂ ਕਿੰਜ ਬਾਹਰ ਆ ਸਕਦੇ ਹਾਂ, ਇਹ ਸਾਨੂੰ ਅੱਜ ਦੀ ਇਹ ਵੀਡੀਓ ਸੁਣਨ ਤੋਂ ਬਾਅਦ ਪਤਾ ਲੱਗੇਗਾ। ਤਾਂ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਸੁਣਨਾ। ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ, ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖਣਾ। ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਇੱਕ ਨਿੱਕੀ ਜਿਹੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ, ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਵਿੱਚ ਆ ਜਾਂਦੀ ਆ। ਆਪਾਂ ਜਦੋਂ ਵੀ ਕੋਈ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ ਤਾਂ ਅਕਸਰ ਆਪ ਜੀ ਦੇ ਅੱਗੇ ਬੇਨਤੀ ਕਰਦੇ ਹੁੰਦੇ ਹਾਂ ਕਿ ਇਸ ਚੈਨਲ ਦੇ ਰਾਹੀਂ ਆਪਾਂ ਜੋ ਵੀ ਕਹਾਣੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਹਾਂ, ਕਹਾਣੀਆਂ ਸੁਣਾਉਣ ਦੇ ਪਿੱਛੇ ਦਾ ਮਕਸਦ ਇਹ ਹੁੰਦਾ ਹੈ ਕਿ ਇਸ ਕਹਾਣੀ ਤੋਂ ਆਪਾਂ ਚੰਗੀ ਸਿੱਖਿਆ ਲੈ ਸਕੀਏ, ਕੋਈ ਚੰਗੀ ਸੇਧ ਲੈ ਸਕੀਏ। ਪੁਰਾਣੇ ਸਮਿਆਂ ਦੇ ਵਿੱਚ ਸਾਡੇ ਬਜ਼ੁਰਗ ਸਾਨੂੰ ਕਹਾਣੀਆਂ ਦੇ ਰਾਹੀਂ ਬਹੁਤ ਕੀਮਤੀ ਗੱਲਾਂ ਸਮਝਾ ਦਿੰਦੇ ਸਨ, ਤਾਂ ਅੱਜ ਦੀ ਜਿਹੜੀ ਕਹਾਣੀ ਆ ਇਹਦੀ ਸਿੱਖਿਆ ਵੀ ਬਹੁਤ ਵੱਡੀ ਆ, ਸਾਡੀ ਜ਼ਿੰਦਗੀ ਦੀਆਂ ਚਿੰਤਾਵਾਂ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਲੀ ਆ। ਇਸ ਕਰਕੇ ਕਹਾਣੀ ਦੇ ਪਾਤਰਾਂ ਵੱਲ ਨਹੀਂ ਜਾਣਾ, ਕਹਾਣੀ ਦੀ ਸਿੱਖਿਆ ਵੱਲ ਜਾਣਾ ਹੈ। ਤਾਂ ਆਓ ਅੱਜ ਦੀ ਕਹਾਣੀ ਸ਼ੁਰੂ ਕਰਦੇ ਹਾਂ। ਇੱਦਾਂ ਹੀ ਕਹਿੰਦੇ ਨਾ, ਇੱਕ ਪਿੰਡ ਦੇ ਵਿੱਚ ਇੱਕ ਕਿਸਾਨ ਰਹਿੰਦਾ ਸੀ। ਉਹ ਕਿਸਾਨ ਦੀ ਜ਼ਿੰਦਗੀ ਦੇ ਵਿੱਚ ਜਿੱਦਾਂ ਦਾ ਮਰਜ਼ੀ ਸਮਾਂ ਆ ਜਾਂਦਾ, ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ, ਖੁਸ਼ ਰਹਿੰਦਾ। ਕਦੇ ਵੀ ਕੋਈ ਚਿੰਤਾ ਦੀ ਲਕੀਰ ਉਸ ਕਿਸਾਨ ਦੇ ਮੱਥੇ 'ਤੇ ਨਹੀਂ ਵੇਖੀ। ਇਹ ਸਭ ਦੇਖ ਕੇ ਉਹਦੇ ਪਿੰਡ ਵਾਸੀ, ਉਹਦੇ ਦੋਸਤ ਮਿੱਤਰ, ਰਿਸ਼ਤੇਦਾਰ ਵੀ ਬੜੇ ਹੈਰਾਨ ਹੁੰਦੇ ਸਨ। ਅਕਸਰ ਉਹਨੂੰ ਕਹਿ ਦਿੰਦੇ ਵੀ ਇਹ ਤਾਂ ਬੇਫਿਕਰ ਆਏ, ਇਹਨੂੰ ਕਿਸੇ ਗੱਲ ਦੀ ਕੋਈ ਫਿਕਰ ਚਿੰਤਾ ਨਹੀਂ। ਇੱਕ ਵਾਰ ਦੀ ਗੱਲ ਆ, ਕਹਿੰਦੇ ਉਹਦੇ ਪਿੰਡ ਵਾਸੀਆਂ ਨੇ ਜੋ ਵੀ ਫਸਲ ਬੀਜੀ, ਸਾਰੇ ਪਿੰਡ ਦੀਆਂ ਫਸਲਾਂ ਬਹੁਤ ਸੋਹਣੀਆਂ ਹੋਈਆਂ, ਇਸ ਕਿਸਾਨ ਦੀ ਫਸਲ ਵੀ ਬੜੀ ਸੋਹਣੀ ਹੋਈ। ਸਭ ਨੂੰ ਬੜੀਆਂ ਹੀ ਆਸਾਂ ਉਮੀਦਾਂ ਲੱਗ ਗਈਆਂ ਕਿ ਇਸ ਵਾਰ ਫਸਲ ਬੜੀ ਸੋਹਣੀ ਹੋਈ ਆ, ਫਸਲ ਨੂੰ ਵੇਚ ਕੇ ਕਾਫੀ ਸਾਰੇ ਪੈਸੇ ਅਸੀਂ ਵੱਟ ਲਵਾਂਗੇ, ਜਿਨ੍ਹਾਂ ਪੈਸਿਆਂ ਦੇ ਨਾਲ ਸਾਡੀਆਂ ਕਈ ਸਮੱਸਿਆਵਾਂ ਦੂਰ ਹੋ ਜਾਣਗੀਆਂ। ਕਈ ਕੰਮ ਕਰਨ ਵਾਲੇ ਨੇ ਜਿਹੜੇ ਅਸੀਂ ਅਧੂਰੇ ਕੰਮ ਇਹਨਾਂ ਪੈਸਿਆਂ ਦੇ ਨਾਲ ਪੂਰੇ ਕਰ ਸਕਾਂਗੇ, ਅਤੇ ਘਰ ਦੇ ਵਿੱਚ ਖੁੱਲ੍ਹਾ ਅਨਾਜ ਹੋਵੇਗਾ, ਇਸ ਕਰਕੇ ਪੂਰਾ ਸਾਲ ਸਾਡਾ ਬੜਾ ਸੋਹਣਾ ਬੀਤੇਗਾ, ਰੋਟੀ ਪਾਣੀ ਦੀ ਕੋਈ ਚਿੰਤਾ ਨਹੀਂ ਰਹਿਣੀ, ਸਾਰੀਆਂ ਸਮੱਸਿਆਵਾਂ ਇਸ ਫਸਲ ਤੋਂ ਦੂਰ ਹੋ ਜਾਣਗੀਆਂ, ਸਾਡੀ ਜ਼ਿੰਦਗੀ ਦੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ। ਕਹਿੰਦੇ ਪਰ ਕੀ ਹੋਇਆ, ਜਦੋਂ ਫਸਲ ਵੱਢਣ ਦਾ ਮੌਕਾ ਆਇਆ ਤਾਂ ਬਹੁਤ ਤੇਜ਼ ਬਾਰਿਸ਼ ਹੋਈ, ਇਸ ਕਰਕੇ ਸਾਰੀ ਫਸਲ ਬਰਬਾਦ ਹੋ ਗਈ। ਸਾਰੇ ਪਿੰਡ ਵਾਸੀ ਬੜੇ ਹੀ ਦੁਖੀ ਸਨ, ਪਰੇਸ਼ਾਨ ਸਨ, ਚਿੰਤਾ ਦੇ ਵਿੱਚ ਸੀ। ਵਾਹਿਗੁਰੂ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰ ਰਹੇ ਸਨ ਕਿ ਸਾਡੀ ਸਾਰੀ ਫਸਲ ਬਰਬਾਦ ਹੋ ਗਈ, ਕਈ ਤਾਂ ਬਿਲਕੁਲ ਹਿੰਮਤ ਹਾਰ ਗਏ। ਪਰ ਕਹਿੰਦੇ ਇਹ ਕਿਸਾਨ, ਇਹਨੂੰ ਕੋਈ ਫਰਕ ਨਹੀਂ ਪਿਆ, ਇਹਦੇ ਮੱਥੇ ਦੇ ਉੱਤੇ ਕੋਈ ਚਿੰਤਾ ਦੀ ਲਕੀਰ ਨਹੀਂ, ਇਹ ਉਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਖੁਸ਼। ਪਿੰਡ ਵਾਸੀਆਂ ਨੇ ਇਹਨੂੰ ਪੁੱਛਿਆ ਵੀ ਤੈਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਆ, ਦੇਖ ਆਪਣਾ ਕਿੰਨਾ ਨੁਕਸਾਨ ਹੋ ਗਿਆ ਏ, ਪਰ ਤੈਨੂੰ ਦੇਖ ਕੇ ਤਾਂ ਲੱਗਦਾ ਹੀ ਨਹੀਂ ਕਿ ਤੈਨੂੰ ਕੋਈ ਚਿੰਤਾ ਪਰੇਸ਼ਾਨੀ ਹੋਵੇ। ਤਾਂ ਕਹਿੰਦੇ ਉਹ ਕਿਸਾਨ ਕਹਿਣ ਲੱਗਾ, ਚਿੰਤਾ ਕਿਸ ਗੱਲ ਦੀ? ਕਹਿੰਦੇ ਉਹ ਪਿੰਡ ਵਾਸੀਆਂ ਨੂੰ ਬੜਾ ਗੁੱਸਾ ਆਇਆ, ਕਹਿਣ ਲੱਗੇ ਇਹਦੇ ਨਾਲ ਤਾਂ ਗੱਲ ਕਰਨੀ ਹੀ ਬੇਕਾਰ ਆ,
ਇਹ ਤਾਂ ਬੇਫਿਕਰ ਹੈ, ਇਹਨੂੰ ਕਾਹਦੀ ਫਿਕਰ ਚਿੰਤਾ ਹੈ। ਕਹਿੰਦੇ ਉਹ ਕਿਸਾਨ ਕਹਿਣ ਲੱਗਾ ਵੀ ਭਾਈ ਤੁਸੀਂ ਮੇਰੇ ਨਾਲ ਇੱਦਾਂ ਕਿਉਂ ਬੋਲ ਰਹੇ ਹੋ, ਹਰ ਗੱਲ ਦੇ ਵਿੱਚ ਚਿੰਤਾ ਕਰਨੀ ਜ਼ਰੂਰੀ ਤਾਂ ਨਹੀਂ ਆ। ਉਹ ਪਿੰਡ ਵਾਸੀ ਕਹਿਣ ਲੱਗੇ ਜਿਸ ਤਰ੍ਹਾਂ ਦਾ ਜੀਵਨ ਤੂੰ ਜਿਉਂ ਰਿਹਾ ਹੈ ਨਾ, ਇਹ 15 ਸਾਲ ਤੋਂ ਪਹਿਲਾਂ ਦੇ ਬੱਚੇ ਦਾ ਹੈ, ਤੂੰ ਤਾਂ ਬੱਚਿਆਂ ਵਾਂਗ ਬੇਫਿਕਰ ਹੈ, ਤੈਨੂੰ ਕਿਸੇ ਗੱਲ ਦੀ ਫਿਕਰ ਚਿੰਤਾ ਨਹੀਂ ਹੁੰਦੀ। 15 ਸਾਲ ਤੋਂ ਬਾਅਦ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਗੰਭੀਰ ਹੋਣਾ ਪੈਂਦਾ ਹੈ, ਉਹਨੂੰ ਆਪਣੇ ਭਵਿੱਖ ਦੀ ਚਿੰਤਾ ਕਰਨੀ ਪੈਂਦੀ ਆ। ਪਰ ਤੈਨੂੰ ਤਾਂ ਕੋਈ ਪਰਵਾਹ ਨਹੀਂ, ਤੇਰੀ ਅੱਧੀ ਉਮਰ ਬੀਤ ਗਈ ਆ, ਪਰ ਅਸੀਂ ਤੈਨੂੰ ਕਦੇ ਵੀ ਚਿੰਤਾ ਕਰਦੇ ਫਿਕਰ ਕਰਦੇ ਨਹੀਂ ਦੇਖਿਆ, ਤੇ ਫਿਰ ਤੂੰ ਬੇਫਿਕਰ ਹੀ ਆ, ਤੈਨੂੰ ਕੋਈ ਪਰਵਾਹ ਨਹੀਂ ਆ, ਤੂੰ ਕਿਹੋ ਜਿਹਾ ਇਨਸਾਨ ਆ, ਤੂੰ ਇੰਨੇ ਮਾੜੇ ਹਾਲਾਤਾਂ ਦੇ ਵਿੱਚ ਖੁਸ਼ ਕਿੰਜ ਰਹਿ ਲੈਂਦਾ ਹੈ। ਉਹ ਕਿਸਾਨ ਕਹਿਣ ਲੱਗਾ ਭਾਈ ਮੈਨੂੰ ਇਹ ਸਿੱਖਿਆ ਮਿਲੀ ਆ, ਮੈਂ ਇਸ ਕਰਕੇ ਹਰ ਸਥਿਤੀ ਦੇ ਵਿੱਚ ਖੁਸ਼ ਰਹਿੰਦਾ ਹਾਂ, ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹਾਂ। ਉਹਨਾਂ ਨੇ ਕਿਹਾ ਕਿਹੜੀ ਸਿੱਖਿਆ? ਤਾਂ ਕਹਿੰਦੇ ਉਹ ਕਿਸਾਨ ਨੇ ਆਪਣੇ ਪਿਤਾ ਜੀ ਦੀ ਸਟੋਰੀ ਸੁਣਾਈ, ਪਿਤਾ ਜੀ ਦੀ ਕਹਾਣੀ ਦੱਸੀ। ਕਿਹਾ ਇੱਕ ਵਾਰ ਮੈਂ ਅਤੇ ਮੇਰੇ ਪਿਤਾ ਜੀ ਜੰਗਲ ਦੇ ਰਸਤੇ ਦੇ ਵਿੱਚ ਦੀ ਆਪਣੀ ਫਸਲ ਵੇਚਣ ਜਾ ਰਹੇ ਸਾਂ। ਉਸ ਸਾਲ ਵੀ ਸਾਡੀ ਫਸਲ ਬਹੁਤ ਵਧੀਆ ਹੋਈ ਸੀ। ਤਾਂ ਕਹਿੰਦੇ ਅਸੀਂ ਜੰਗਲ ਦੇ ਰਸਤੇ ਦੇ ਵਿੱਚ ਜਾ ਰਹੇ ਸਾਂ, ਤਾਂ ਚੱਲਦੇ ਚੱਲਦੇ ਸਾਨੂੰ ਰਾਤ ਪੈ ਗਈ। ਉਹ ਜੰਗਲ ਬਹੁਤ ਜ਼ਿਆਦਾ ਖਤਰਨਾਕ ਸੀ। ਜਦੋਂ ਰਾਤ ਪੈ ਗਈ ਤਾਂ ਸਾਡਾ ਜਿਹੜਾ ਫਸਲ ਵਾਲਾ ਗੱਡਾ ਸੀ ਉਹ ਇੱਕ ਟੋਏ ਦੇ ਵਿੱਚ ਫਸ ਗਿਆ। ਮੈਂ ਅਤੇ ਮੇਰੇ ਪਿਤਾ ਜੀ ਨੇ ਬਹੁਤ ਕੋਸ਼ਿਸ਼ ਕੀਤੀ ਕਿ ਅਸੀਂ ਆਪਣੇ ਫਸਲ ਦੇ ਨਾਲ ਭਰੇ ਹੋਏ ਗੱਡੇ ਨੂੰ ਉਸ ਟੋਏ ਦੇ ਵਿੱਚੋਂ ਬਾਹਰ ਕੱਢ ਲਈਏ, ਪਰ ਕਹਿੰਦੇ ਸਾਡੀ ਹਰ ਕੋਸ਼ਿਸ਼ ਫੇਲ ਹੋ ਰਹੀ ਸੀ ਕਿਉਂਕਿ ਮੈਂ ਉਮਰ ਦੇ ਵਿੱਚ ਉਸ ਵੇਲੇ ਕਾਫੀ ਛੋਟਾ ਸਾਂ। ਸਾਰੀ ਮਿਹਨਤ ਮੇਰੇ ਪਿਤਾ ਜੀ ਕਰ ਰਹੇ ਸਨ, ਬਲਕਿ ਮੈਂ ਤਾਂ ਬਹੁਤ ਡਰ ਰਿਹਾ ਸਾਂ। ਮੈਨੂੰ ਲੱਗ ਰਿਹਾ ਸੀ ਕਿ ਅੱਜ ਮੇਰੀ ਜ਼ਿੰਦਗੀ ਦਾ ਆਖਰੀ ਦਿਨ ਆ, ਕੋਈ ਨਾ ਕੋਈ ਜੰਗਲੀ ਜਾਨਵਰ ਆ ਕੇ ਸਾਨੂੰ ਖਾ ਜਾਵੇਗਾ, ਜਾਂ ਫਿਰ ਕੋਈ ਚੋਰ ਡਾਕੂ ਆ ਕੇ ਸਾਡੀ ਫਸਲ ਨੂੰ ਲੁੱਟ ਲਵੇਗਾ ਅਤੇ ਸਾਨੂੰ ਮਾਰ ਜਾਵੇਗਾ। ਭਾਵ ਕਿ ਮੇਰੇ ਮਨ ਦੇ ਵਿੱਚ ਬਹੁਤ ਤਰ੍ਹਾਂ ਦੇ ਮਾੜੇ ਖਿਆਲ ਚੱਲ ਰਹੇ ਸਨ, ਜਿਸ ਕਰਕੇ ਮੈਂ ਬਹੁਤ ਡਰਿਆ ਹੋਇਆ ਸਾਂ। ਉੱਪਰੋਂ ਮੈਨੂੰ ਭੁੱਖ ਵੀ ਬਹੁਤ ਲੱਗੀ ਸੀ, ਪਰ ਮੈਂ ਡਰਦਾ ਮਾਰਾ ਆਪਣੀ ਭੁੱਖ ਬਾਰੇ ਆਪਣੇ ਪਿਤਾ ਜੀ ਨੂੰ ਨਹੀਂ ਦੱਸ ਰਿਹਾ ਸਾਂ। ਬਸ ਡਰ ਰਿਹਾ ਸਾਂ ਕਿ ਪਤਾ ਨਹੀਂ ਹੁਣ ਕੀ ਹੋ ਜਾਵੇਗਾ। ਮੇਰੇ ਪਿਤਾ ਜੀ ਮੈਨੂੰ ਬਹੁਤ ਹਿੰਮਤ ਹੌਸਲਾ ਦੇ ਰਹੇ ਸਨ ਕਿ ਪੁੱਤਰ ਡਰਨਾ, ਮੇਰੇ ਨਾਲ ਆ, ਮੇਰੀ ਮਦਦ ਕਰਾ, ਆਪਾਂ ਕੋਸ਼ਿਸ਼ ਕਰਦੇ ਹਾਂ, ਆਪਾਂ ਜ਼ਰੂਰ ਆਪਣੇ ਗੱਡੇ ਨੂੰ ਇਸ ਟੋਏ ਦੇ ਵਿੱਚੋਂ ਬਾਹਰ ਕੱਢ ਲਵਾਂਗੇ, ਤੂੰ ਹਿੰਮਤ ਨਾ ਹਾਰ, ਕੋਸ਼ਿਸ਼ ਕਰ। ਪਰ ਕਹਿੰਦੇ ਪਿਤਾ ਜੀ ਦੀਆਂ ਸਾਰੀਆਂ ਗੱਲਾਂ ਮੇਰੇ ਡਰ ਦੇ ਅੱਗੇ ਕੋਈ ਕੰਮ ਨਹੀਂ ਸੀ ਕਰ ਰਹੀਆਂ। ਮੈਂ ਡਰਦਾ ਹੋਇਆ ਪਿਤਾ ਜੀ ਦੇ ਨਾਲ ਮਦਦ ਕਰਾਉਣ ਲੱਗ ਗਿਆ, ਪਰ ਮੈਨੂੰ ਆਪਣੀ ਜ਼ਿੰਦਗੀ ਦੀ ਆਸ ਖਤਮ ਹੁੰਦੀ ਨਜ਼ਰ ਆ ਰਹੀ ਸੀ। ਮੈਂ ਪਿਤਾ ਜੀ ਨੂੰ ਕਿਹਾ, ਪਿਤਾ ਜੀ ਇੰਨੇ ਖਤਰਨਾਕ ਜੰਗਲ ਦੇ ਵਿੱਚ ਅੱਧੀ ਰਾਤ ਨੂੰ ਸਾਡੀ ਮਦਦ ਕਰਨ ਦੇ ਲਈ ਕੌਣ ਆਵੇਗਾ? ਤਾਂ ਪਿਤਾ ਜੀ ਨੇ ਸਮਝਾਇਆ, ਪੁੱਤਰ ਤੂੰ ਕੋਸ਼ਿਸ਼ ਕਰਦਾ ਰਹਿ, ਦੇਖਣਾ ਪਰਮਪਿਤਾ ਪਰਮਾਤਮਾ ਜੀ ਸਾਡੀ ਕੋਸ਼ਿਸ਼ ਨੂੰ ਦੇਖ ਕੇ, ਸਾਡੀ ਮਿਹਨਤ ਨੂੰ ਦੇਖ ਕੇ ਕੋਈ ਨਾ ਕੋਈ ਹੀਲਾ ਵਸੀਲਾ ਜ਼ਰੂਰ ਕਰਨਗੇ, ਕਿਸੇ ਨਾ ਕਿਸੇ ਨੂੰ ਸਾਡਾ ਮਦਦਗਾਰ ਬਣਾ ਕੇ ਜ਼ਰੂਰ ਭੇਜਣਗੇ। ਪਰ ਕਹਿੰਦੇ ਮੈਨੂੰ ਪਿਤਾ ਜੀ ਦੀਆਂ ਗੱਲਾਂ 'ਤੇ ਕੋਈ ਭਰੋਸਾ ਨਹੀਂ ਸੀ। ਮੈਨੂੰ ਲੱਗ ਰਿਹਾ ਸੀ ਕਿ ਇਸ ਖਤਰਨਾਕ ਜੰਗਲ ਦੇ ਵਿੱਚ ਅੱਧੀ ਰਾਤ ਸਾਡੀ ਮਦਦ ਕਰਨ ਦੇ ਲਈ ਕੌਣ ਆ ਸਕਦਾ ਹੈ? ਪਰ ਕਹਿੰਦੇ ਅਚਾਨਕ ਦੋ ਭਿਕਸ਼ੂ ਸਾਡੇ ਕੋਲ ਆਏ ਅਤੇ ਆ ਕੇ ਕਹਿਣ ਲੱਗੇ ਕਿ ਅਸੀਂ ਤੁਹਾਡੀ ਕੋਈ ਮਦਦ ਕਰ ਸਕਦੇ ਹਾਂ। ਉਹ ਭਿਕਸ਼ੂ ਇੱਕ ਸੰਤ ਜੀ ਦੇ ਚੇਲੇ ਸਨ, ਇਸੇ ਹੀ ਜੰਗਲ ਦੇ ਵਿੱਚ ਉਹਨਾਂ ਦੀ ਕੁਟੀਆ ਸੀ। ਮੇਰੇ ਪਿਤਾ ਜੀ ਨੇ ਕਿਹਾ, ਤੁਹਾਡਾ ਬਹੁਤ ਧੰਨਵਾਦ ਹੋਵੇਗਾ ਜੇਕਰ ਤੁਸੀਂ ਇਸ ਗੱਡੇ ਨੂੰ ਟੋਏ ਦੇ ਵਿੱਚੋਂ ਬਾਹਰ ਕੱਢਣ ਦੇ ਵਿੱਚ ਸਾਡੀ ਮਦਦ ਕਰੋ। ਤਾਂ ਕਹਿੰਦੇ ਉਹ ਭਿਕਸ਼ੂ ਕਹਿਣ ਲੱਗੇ ਕਿ ਇਹ ਟੋਆ ਬਹੁਤ ਡੂੰਘਾ ਹੈ, ਆਪਾਂ 4 ਜਣੇ ਇਸ ਨੂੰ ਇਹਦੇ ਵਿੱਚੋਂ ਬਾਹਰ ਨਹੀਂ ਕੱਢ ਪਾਵਾਂਗੇ, ਪਰ ਤੁਸੀਂ ਫਿਕਰ ਨਾ ਕਰੋ, ਸਾਡੀ ਇੱਥੇ ਲਾਗੇ ਹੀ ਕੁਟੀਆ ਹੈ, ਪਹਿਲਾਂ ਤੁਸੀਂ ਸਾਡੇ ਨਾਲ ਕੁਟੀਆ ਵਿੱਚ ਚੱਲੋ, ਉੱਥੇ ਭੋਜਨ ਪ੍ਰਸ਼ਾਦਾ ਛਕੋ, ਫਿਰ ਅਸੀਂ ਆਪਣੇ ਬਾਕੀ ਸਾਥੀਆਂ ਨੂੰ ਨਾਲ ਲਿਆ ਕੇ
ਤੁਹਾਡਾ ਇਹ ਗੱਡਾ ਟੋਏ ਦੇ ਵਿੱਚੋਂ ਬਾਹਰ ਕੱਢ ਦੇਵਾਂਗੇ। ਕਹਿੰਦੇ ਮੇਰੇ ਪਿਤਾ ਜੀ ਨੇ ਉਹਨਾਂ ਦਾ ਧੰਨਵਾਦ ਕੀਤਾ ਅਤੇ ਨਾਲ ਤੁਰ ਪਏ। ਕਹਿੰਦੇ ਮੇਰੇ ਮਨ ਵਿੱਚ ਉਸ ਵੇਲੇ ਵੀ ਮਾੜੇ ਖਿਆਲ ਚੱਲ ਰਹੇ ਸਨ। ਮੈਨੂੰ ਲੱਗ ਰਿਹਾ ਸੀ ਕਿ ਹੋ ਸਕਦਾ ਭਿਕਸ਼ੂਆਂ ਦੇ ਰੂਪ ਵਿੱਚ ਇਹ ਕੋਈ ਚੋਰ ਡਾਕੂ ਹੋਣ, ਸਾਨੂੰ ਨੁਕਸਾਨ ਪਹੁੰਚਾ ਦੇਣ। ਪਰ ਕਹਿੰਦੇ ਮੇਰੇ ਪਿਤਾ ਜੀ ਚੁੱਪਚਾਪ ਉਹਨਾਂ ਦੇ ਨਾਲ ਚੱਲ ਰਹੇ ਸਨ, ਪਰਮਾਤਮਾ ਦਾ ਨਾਮ ਜਪ ਰਹੇ ਸਨ। ਕਹਿੰਦੇ ਉਹ ਭਿਕਸ਼ੂ ਸਾਨੂੰ ਆਪਣੀ ਕੁਟੀਆ ਦੇ ਵਿੱਚ ਲੈ ਕੇ ਉੱਥੇ ਲਿਜਾ ਕੇ ਸਾਨੂੰ ਭੋਜਨ ਪ੍ਰਸ਼ਾਦਾ ਛਕਾਇਆ। ਭੋਜਨ ਪ੍ਰਸ਼ਾਦਾ ਛਕਣ ਤੋਂ ਬਾਅਦ ਮੈਨੂੰ ਉਹਨਾਂ ਦੇ ਉੱਤੇ ਭਰੋਸਾ ਹੋ ਗਿਆ ਕਿ ਨਹੀਂ, ਇਹ ਸੱਚਮੁੱਚ ਹੀ ਕਿਸੇ ਸੰਤ ਜੀ ਦੇ ਚੇਲੇ ਨੇ, ਚੰਗੇ ਇਨਸਾਨ ਨੇ, ਇਹ ਸਾਡੀ ਮਦਦ ਜ਼ਰੂਰ ਕਰਨਗੇ। ਕਹਿੰਦੇ ਉਸ ਵਕਤ ਮੈਨੂੰ ਪਰਮਾਤਮਾ ਦੇ ਉੱਤੇ ਵੀ ਭਰੋਸਾ ਵੱਧ ਗਿਆ ਕਿ ਸੱਚਮੁੱਚ ਪਰਮਾਤਮਾ ਜੀ ਮਿਹਨਤੀ ਬੰਦੇ ਦਾ ਸਾਥ ਜ਼ਰੂਰ ਦਿੰਦੇ ਆ, ਕਿਉਂਕਿ ਮੇਰੇ ਪਿਤਾ ਜੀ ਵਾਰ ਵਾਰ ਮੈਨੂੰ ਇਹ ਗੱਲ ਸਮਝਾ ਰਹੇ ਸੀ ਕਿ ਪੁੱਤਰ ਤੂੰ ਕੋਸ਼ਿਸ਼ ਕਰਦਾ ਰਹੇ, ਕੋਸ਼ਿਸ਼ ਕਰਨ ਵਾਲਿਆਂ ਦੀ, ਮਿਹਨਤ ਕਰਨ ਵਾਲਿਆਂ ਦੀ ਬਾਂਹ ਸਤਿਗੁਰ ਸੱਚੇ ਪਾਤਸ਼ਾਹ ਜ਼ਰੂਰ ਫੜਦੇ ਨੇ, ਉਹਨਾਂ ਦਾ ਸਾਥ ਜ਼ਰੂਰ ਦਿੰਦੇ ਨੇ। ਕਹਿੰਦੇ ਮੈਨੂੰ ਹੁਣ ਪੂਰਾ ਯਕੀਨ ਹੋ ਗਿਆ ਸੀ। ਕਹਿੰਦੇ ਭੋਜਨ ਪ੍ਰਸ਼ਾਦਾ ਛਕਾਉਣ ਤੋਂ ਬਾਅਦ ਉਹ ਭਿਕਸ਼ੂ ਉਹ ਚੇਲਿਆਂ ਨੇ ਆਪਣੇ ਹੋਰ ਸਾਥੀਆਂ ਨੂੰ ਨਾਲ ਲਿਆ, ਸਾਡਾ ਫਸਲ ਨਾਲ ਭਰਿਆ ਹੋਇਆ ਗੱਡਾ ਟੋਏ ਚੋਂ ਬਾਹਰ ਕੱਢਿਆ ਅਤੇ ਸਾਨੂੰ ਸਹੀ ਰਸਤਾ ਦਿਖਾਇਆ ਕਿ ਇਸ ਰਸਤੇ ਦੇ ਥਾਣੀ ਤੁਸੀਂ ਬਾਹਰ ਜਾਓ, ਜਲਦ ਹੀ ਇਹ ਜੰਗਲ ਨੂੰ ਪਾਰ ਕਰ ਜਾਓਗੇ। ਕਾਫੀ ਦੂਰ ਤੱਕ ਸਾਡੇ ਨਾਲ ਆਏ। ਕਹਿੰਦੇ ਉਨੀ ਦੇਰ ਤੱਕ ਦਿਨ ਦਾ ਚੜਾਅ ਹੋ ਗਿਆ, ਦਿਨ ਚੜ ਗਿਆ, ਮੈਂ ਤੇ ਮੇਰੇ ਪਿਤਾ ਜੀ ਸੁਰੱਖਿਅਤ ਉਹ ਜੰਗਲ ਦੇ ਵਿੱਚੋਂ ਬਾਹਰ ਆ ਗਏ, ਆਪਣੀ ਫਸਲ ਵੇਚ ਕੇ ਆਏ। ਕਹਿੰਦੇ ਪਰ ਮੇਰੇ ਪਿਤਾ ਜੀ ਨੂੰ ਮੇਰੇ ਡਰ ਦਾ ਪਤਾ ਲੱਗ ਗਿਆ ਸੀ, ਇਸ ਕਰਕੇ ਮੇਰੇ ਪਿਤਾ ਜੀ ਨੇ ਮੈਨੂੰ ਬਹੁਤ ਗਿਆਨ ਦੀਆਂ ਗੱਲਾਂ ਸਮਝਾਈਆਂ। ਪਿਤਾ ਜੀ ਨੇ ਮੈਨੂੰ ਦੱਸਿਆ ਕਿ ਪੁੱਤਰ ਜ਼ਿੰਦਗੀ ਦੇ ਵਿੱਚ ਕਦੇ ਵੀ ਹਿੰਮਤ ਹੌਸਲਾ ਨਹੀਂ ਹਾਰਨਾ ਚਾਹੀਦਾ, ਆਪਣੇ ਵੱਸ ਦੇ ਵਿੱਚ ਜੋ ਚੀਜ਼ਾਂ ਨਹੀਂ ਹਨ ਉਹਨਾਂ ਚੀਜ਼ਾਂ ਨੂੰ ਲੈ ਕੇ ਕਦੇ ਵੀ ਚਿੰਤਾ ਨਹੀਂ ਕਰਨੀ, ਸਾਡੇ ਵੱਸ ਵਿੱਚ ਆ ਕੋਸ਼ਿਸ਼ ਕਰਨਾ, ਤੁਸੀਂ ਇਮਾਨਦਾਰੀ ਦੇ ਨਾਲ ਕੋਸ਼ਿਸ਼ ਕਰਦੇ ਜਾਓ, ਮਿਹਨਤ ਕਰਦੇ ਜਾਓ, ਤੁਹਾਡੀ ਕੋਸ਼ਿਸ਼ ਨੂੰ ਦੇਖ ਕੇ, ਤੁਹਾਡੀ ਮਿਹਨਤ ਨੂੰ ਦੇਖ ਕੇ ਉਹ ਪਰਮ ਪਿਤਾ ਪਰਮਾਤਮਾ ਜੀ ਤੁਹਾਡੇ ਲਈ ਕੋਈ ਨਾ ਕੋਈ ਹੀਲਾ ਵਸੀਲਾ ਜ਼ਰੂਰ ਕਰਦੇ ਨੇ, ਤੁਹਾਡੀ ਮਿਹਨਤ ਨੂੰ ਰੰਗ ਭਾਗ ਜ਼ਰੂਰ ਲੱਗਦੇ ਨੇ। ਕਹਿੰਦੇ ਇਸ ਤਰ੍ਹਾਂ ਪਿਤਾ ਜੀ ਨੇ ਮੈਨੂੰ ਬਹੁਤ ਸਾਰੀਆਂ ਗਿਆਨ ਦੀਆਂ ਗੱਲਾਂ ਸਮਝਾਈਆਂ, ਜਿਨ੍ਹਾਂ ਦੇ ਨਾਲ ਮੇਰੀ ਹਿੰਮਤ, ਮੇਰਾ ਹੌਸਲਾ ਦਿਨੋ ਦਿਨ ਵੱਧਦਾ ਗਿਆ। ਪਿਤਾ ਜੀ ਅਚਾਨਕ ਬਿਮਾਰ ਪੈ ਗਏ। ਕਹਿੰਦੇ ਜਦੋਂ ਪਿਤਾ ਜੀ ਆਖਰੀ ਸਾਹਾਂ 'ਤੇ ਸੀ ਤਾਂ ਜਾਂਦੇ ਜਾਂਦੇ ਮੈਨੂੰ ਐਸਾ ਮੰਤਰ ਦੇ ਗਏ ਜਿਸ ਮੰਤਰ ਨੂੰ ਮੈਂ ਹਰ ਮੁਸੀਬਤ ਵੇਲੇ ਪੜ੍ਹਦਾ ਹਾਂ, ਇਸੇ ਕਰਕੇ ਕਿਸੇ ਵੀ ਦੁੱਖ, ਰੋਗ, ਮੁਸੀਬਤ, ਪਰੇਸ਼ਾਨੀ ਦਾ ਕੋਈ ਅਸਰ ਮੇਰੇ ਉੱਤੇ ਨਹੀਂ ਹੁੰਦਾ, ਮੈਂ ਹਰ ਹਾਲ ਦੇ ਵਿੱਚ ਖੁਸ਼ ਰਹਿੰਦਾ ਹਾਂ। ਕਹਿੰਦੇ ਉਹ ਪਿੰਡ ਵਾਸੀ ਬੜੇ ਹੀ ਧਿਆਨ ਦੇ ਨਾਲ ਇਹਦੀਆਂ ਗੱਲਾਂ ਸੁਣ ਰਹੇ ਸਨ। ਜਦੋਂ ਇਹਨੇ ਉਸ ਮੰਤਰ ਦੀ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹ ਕਿਹੜਾ ਮੰਤਰ ਆ, ਸਾਨੂੰ ਵੀ ਉਸ ਮੰਤਰ ਬਾਰੇ ਦੱਸੋ ਜੋ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਦਿੱਤਾ, ਅਸੀਂ ਵੀ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਵਿੱਚ ਖੁਸ਼ ਰਹਿਣਾ ਸਿੱਖ ਜਾਈਏ। ਤਾਂ ਕਹਿੰਦੇ ਉਸ ਕਿਸਾਨ ਨੇ ਕਿਹਾ ਮੇਰੇ ਪਿਤਾ ਜੀ ਨੇ ਮੈਨੂੰ ਇੱਕ ਪਰਚੀ ਦਿੱਤੀ ਸੀ ਅਤੇ ਕਿਹਾ ਸੀ ਜਦ ਵੀ ਤੇਰੀ ਜ਼ਿੰਦਗੀ ਦੇ ਵਿੱਚ ਕੋਈ ਮਾੜਾ ਸਮਾਂ ਆਵੇ, ਔਖੀ ਘੜੀ ਹੋਵੇ, ਚਿੰਤਾਵਾਂ ਪਰੇਸ਼ਾਨੀਆਂ ਤੈਨੂੰ ਘੇਰਾ ਪਾਉਣ ਲੱਗਣ ਤਾਂ ਤੂੰ ਇਹ ਪਰਚੀ ਖੋਲ੍ਹ ਕੇ ਪੜ੍ਹ ਲਵੀਂ, ਤੇਰੀਆਂ ਸਾਰੀਆਂ ਚਿੰਤਾਵਾਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ। ਕਹਿੰਦੇ ਇਸੇ ਤਰ੍ਹਾਂ ਜਦ ਵੀ ਕੋਈ ਮੁਸ਼ਕਲ ਦੀ ਘੜੀ ਆਉਂਦੀ ਹੈ ਤਾਂ ਮੈਂ ਸਭ ਤੋਂ ਪਹਿਲਾਂ ਪਿਤਾ ਜੀ ਦੀ ਦਿੱਤੀ ਉਹ ਪਰਚੀ ਨੂੰ ਪੜ੍ਹਦਾ ਹਾਂ। ਉਹ ਪਰਚੀ ਦੇ ਵਿੱਚ ਜਿਹੜਾ ਮੰਤਰ ਲਿਖਿਆ ਹੈ ਨਾ, ਉਹ ਇੰਝ ਆ ਕਿ ਇਹ ਸਮਾਂ ਸਦਾ ਨਹੀਂ ਰਹੇਗਾ, ਬੀਤ ਜਾਵੇਗਾ। ਬੜੇ ਹੈਰਾਨ ਹੋਏ ਕਿ ਇਹ ਕਿਹੋ ਜਿਹਾ ਮੰਤਰ ਆ, ਸਾਨੂੰ ਤਾਂ ਇਹਦੀ ਕੋਈ ਸਮਝ ਹੀ ਨਹੀਂ ਲੱਗੀ। ਤਾਂ ਕਿਸਾਨ ਨੇ ਕਿਹਾ ਮੈਨੂੰ ਵੀ ਨਹੀਂ ਸੀ ਲੱਗੀ, ਇਸੇ ਕਰਕੇ ਮੈਂ ਕਿਸੇ ਸਿਆਣੇ ਸੰਤ ਮਹਾਂਪੁਰਖਾਂ ਕੋਲ ਗਿਆ, ਜਾ ਕੇ ਪੁੱਛਿਆ ਕਿ ਮੇਰੇ ਪਿਤਾ ਜੀ ਨੇ ਮੈਨੂੰ ਇਹ ਮੰਤਰ ਦਿੱਤਾ ਹੈ ਪਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ। ਤਾਂ ਉਹ ਸੰਤ ਜੀ ਨੇ ਸਮਝਾਇਆ ਕਿ ਪੁੱਤਰ ਤੇਰੇ ਪਿਤਾ ਜੀ ਤੈਨੂੰ ਬਹੁਤ ਵੱਡੀ ਗੱਲ ਸਮਝਾ ਕੇ ਗਏ ਨੇ ਕਿ ਇਹ ਸਮਾਂ ਇੱਦਾਂ ਨਹੀਂ ਰਹੇਗਾ, ਬੀਤ ਜਾਵੇਗਾ। ਇਹਦਾ ਮਤਲਬ ਹੈ ਕਿ ਕੋਈ ਵੀ ਸਮਾਂ ਸਾਡੀ ਜ਼ਿੰਦਗੀ ਦੇ ਵਿੱਚ ਆ, ਉਹ ਭਾਵੇਂ ਚੰਗਾ ਹੈ ਸਮਾਂ ਭਾਵੇਂ ਮਾੜਾ ਹੈ,
ਉਹ ਸਦਾ ਨਹੀਂ ਰਹਿੰਦਾ, ਬੀਤ ਜਾਂਦਾ ਹੈ। ਇਸ ਕਰਕੇ ਜੇ ਜ਼ਿੰਦਗੀ ਦੇ ਵਿੱਚ ਮਾੜਾ ਸਮਾਂ ਆਇਆ ਹੈ ਤਾਂ ਉਹ ਮਾੜੇ ਸਮੇਂ ਨੂੰ ਦੇਖ ਕੇ ਕਦੇ ਵੀ ਘਬਰਾਓ ਨਾ, ਹਿੰਮਤ ਹੌਸਲਾ ਹਾਰ ਕੇ ਨਾ ਬੈਠੋ। ਇਹ ਸਮਾਂ ਸਦਾ ਨਹੀਂ ਰਹੇਗਾ, ਬਸ ਕੋਸ਼ਿਸ਼ ਕਰਦੇ ਰਹੋ। ਸਾਡੇ ਕਰਨ ਯੋਗ ਜਿਹੜਾ ਕੰਮ ਆ ਨਾ, ਉਹ ਹੈ ਕੋਸ਼ਿਸ਼ ਮਿਹਨਤ। ਚਿੰਤਾ ਕਿਸੇ ਵੀ ਗੱਲ ਦਾ ਹੱਲ ਨਹੀਂ ਹੁੰਦਾ। ਉਹ ਕਿਸਾਨ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਭਾਈ, ਸਾਡੇ ਵੱਲੋਂ ਕੀਤੀ ਹੋਈ ਚਿੰਤਾ ਸਾਡੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਹੋਰ ਵਧਾ ਦਿੰਦੀ ਆ, ਇਸ ਕਰਕੇ ਕਦੇ ਵੀ ਚਿੰਤਾ ਨਾ ਕਰੋ, ਪਰਮ ਪਿਤਾ ਪਰਮਾਤਮਾ ਜੀ ਦਾ ਚਿੰਤਨ ਕਰੋ ਅਤੇ ਜਿਹੜੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਵਿੱਚੋਂ ਤੁਸੀਂ ਬਾਹਰ ਆ ਸਕਦੇ ਹੋ ਉਹਨਾਂ ਦੇ ਵਿੱਚੋਂ ਬਾਹਰ ਆਉਣ ਦੀ ਕੋਸ਼ਿਸ਼ ਕਰੋ, ਪਰ ਜਿਹੜੀਆਂ ਚੀਜ਼ਾਂ ਤੁਹਾਡੇ ਬਸ ਵਿੱਚ ਨਹੀਂ। ਉਹ ਕਿਸਾਨ ਨੇ ਕਿਹਾ, ਮੈਨੂੰ ਇਹ ਦੱਸੋ ਕਿ ਇਹ ਜੋ ਬਾਰਿਸ਼ ਆਈ ਆ, ਤੁਸੀਂ ਉਸ ਬਾਰਿਸ਼ ਨੂੰ ਰੋਕ ਸਕਦੇ ਸੀ? ਉਹਨਾਂ ਨੇ ਕਿਹਾ ਨਹੀਂ। ਫਿਰ ਕਿਸਾਨ ਨੇ ਕਿਹਾ, ਮੰਨ ਲਓ ਕਿ ਆਪਣੇ ਪਿੰਡ ਵਿੱਚ ਸੋਕਾ ਪੈ ਜਾਵੇ ਤਾਂ ਕੀ ਤੁਸੀਂ ਆਪਣੀ ਮਰਜ਼ੀ ਦੇ ਨਾਲ ਬਾਰਿਸ਼ ਕਰਵਾ ਸਕਦੇ ਹੋ? ਉਹਨਾਂ ਨੇ ਕਿਹਾ ਨਹੀਂ। ਤਾਂ ਫਿਰ ਕਿਸਾਨ ਕਹਿਣ ਲੱਗਾ, ਫਿਰ ਤੁਹਾਨੂੰ ਚਿੰਤਾ ਕਿਸ ਗੱਲ ਦੀ, ਜਦੋਂ ਤੁਸੀਂ ਇਹ ਕੰਮ ਕਰ ਨਹੀਂ ਸਕਦੇ, ਇਹ ਕੰਮ ਤੁਹਾਡੀ ਮਰਜ਼ੀ ਦੇ ਨਾਲ ਨਹੀਂ ਹੋ ਰਿਹਾ, ਫਿਰ ਤੁਸੀਂ ਕੰਮ ਤੋਂ ਦੁਖੀ ਕਿਉਂ, ਚਿੰਤਾ ਕਿਉਂ ਕਰਦੇ ਹੋ? ਕਿਉਂਕਿ ਇਹ ਕੰਮ ਤੁਹਾਡੇ ਹੱਥ ਵੱਸ ਨਹੀਂ ਆ, ਇਹ ਪਰਮ ਪਿਤਾ ਪਰਮਾਤਮਾ ਦੇ ਹੱਥ ਵੱਸ ਆ। ਸਾਡੇ ਹੱਥ ਵੱਸ ਇਹ ਆ ਕਿ ਅਸੀਂ ਇਸ ਕੁਦਰਤ ਦੇ ਨਾਲ ਛੇੜਛਾੜ ਕਰਨੀ ਬੰਦ ਕਰ ਦਈਏ। ਜਦੋਂ ਅਸੀਂ ਇਸ ਕੁਦਰਤ ਪ੍ਰਕਿਰਤੀ ਦੇ ਨਾਲ ਛੇੜਛਾੜ ਕਰਦੇ ਹਾਂ, ਦਰਖਤ ਵੱਢਦੇ ਹਾਂ, ਕਿੰਨਾ ਅਸੀਂ ਇਸ ਕੁਦਰਤ ਦੇ ਨਾਲ ਗਲਤ ਕਰਦੇ ਹਾਂ, ਉਦੋਂ ਇਹ ਕੁਦਰਤ ਦੀ ਕਰੋਪੀ ਸਾਡੇ ਉੱਤੇ ਹੁੰਦੀ ਆ। ਪਰ ਜਦੋਂ ਅਸੀਂ ਇਹ ਪਰਮ ਪਿਤਾ ਪਰਮਾਤਮਾ ਦੀ ਬਣਾਈ ਹੋਈ ਕੁਦਰਤ, ਕੁਦਰਤ ਦੇ ਸਾਰੇ ਜੀਵਾਂ ਨੂੰ ਪਿਆਰ ਕਰਾਂਗੇ ਤਾਂ ਫਿਰ ਪੂਰੀ ਕੁਦਰਤ ਕਾਇਨਾਤ ਸਾਡੇ ਉੱਤੇ ਮਿਹਰਬਾਨ ਹੋਵੇਗੀ, ਫਿਰ ਉਹ ਵੀ ਸਾਡੇ ਨਾਲ ਕਦੇ ਬੁਰਾ ਨਹੀਂ ਹੋਣ ਦੇਵੇਗੀ। ਜੋ ਚੀਜ਼ਾਂ ਸਾਡੇ ਵੱਸ ਵਿੱਚ ਆ ਨਾ, ਆਪਾਂ ਉਹ ਕਰੀਏ। ਚਿੰਤਾ ਕਿਸੇ ਵੀ ਮੁਸ਼ਕਲ ਪਰੇਸ਼ਾਨੀ ਦਾ ਹੱਲ ਨਹੀਂ ਆ। ਉਹ ਕਿਸਾਨ ਨੇ ਫਿਰ ਆਪਣੇ ਸਾਥੀਆਂ ਨੂੰ ਕਿਹਾ ਕਿ ਸਾਥੀਓ, ਆਪਣੇ ਹੱਥ ਵਿੱਚ ਆ, ਕੋਸ਼ਿਸ਼ ਕਰਦੇ ਰਹਿਣਾ, ਮਿਹਨਤ ਕਰਦੇ ਰਹਿਣਾ। ਸਾਡੇ ਵੱਲੋਂ ਕੀਤੀ ਹੋਈ ਕੋਸ਼ਿਸ਼, ਸਾਡੇ ਵੱਲੋਂ ਕੀਤੀ ਹੋਈ ਮਿਹਨਤ ਨੂੰ ਰੰਗ ਭਾਗ ਉਹ ਪਰਮ ਪਿਤਾ ਪਰਮਾਤਮਾ ਨੇ ਲਾਉਣੇ ਆ ਅਤੇ ਉਹ ਜ਼ਰੂਰ ਲਾਉਂਦੇ ਆ। ਮਿਹਨਤੀ ਬੰਦੇ ਦੀ ਮਿਹਨਤ ਉਹ ਕਦੇ ਨਹੀਂ ਰੱਖਦੇ, ਮਿਹਨਤ ਦਾ ਫਲ ਸਾਨੂੰ ਜ਼ਰੂਰ ਮਿਲਦਾ ਹੈ। ਤਾਂ ਬਸ ਅੱਜ ਤੋਂ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਵੀ ਮਾੜਾ ਸਮਾਂ ਆਵੇ, ਮੁਸ਼ਕਲ ਘੜੀ ਆਵੇ, ਉਹਦੇ ਵਿੱਚ ਚਿੰਤਾ ਨਹੀਂ ਕਰਨੀ, ਪਰਮ ਪਿਤਾ ਪਰਮਾਤਮਾ ਦਾ ਚਿੰਤਨ ਕਰਨਾ ਹੈ, ਭਾਵ ਕਿ ਪਰਮਾਤਮਾ ਨੂੰ ਯਾਦ ਕਰਕੇ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਨੀ ਆ ਕਿ ਪਰਮਾਤਮਾ ਸਾਨੂੰ ਇਸ ਔਖੀ ਘੜੀ ਦੇ ਵਿੱਚੋਂ ਬਾਹਰ ਕੱਢੋ ਅਤੇ ਜੋ ਤੁਹਾਡੇ ਵੱਸ ਵਿੱਚ ਆ ਉਹ ਕੰਮ ਕਰਨਾ ਹੈ। ਕੋਸ਼ਿਸ਼ ਮਿਹਨਤ, ਜਦੋਂ ਆਪਾਂ ਆਪਣੇ ਵੱਲੋਂ ਆਪਣਾ 100% ਦਿੰਦੇ ਹਾਂ, ਭਾਵ ਕਿ ਇਮਾਨਦਾਰੀ ਦੇ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਾਂ, ਜੋ ਹਿੱਸੇ ਸਾਡੇ ਕੰਮ ਧੰਦੇ ਆਏ ਨੇ ਉਹਨਾਂ ਕੰਮਾਂ ਧੰਦਿਆਂ ਨੂੰ ਅਸੀਂ ਪੂਰੀ ਇਮਾਨਦਾਰੀ ਦੇ ਨਾਲ ਮਨ ਲਾ ਕੇ ਕਰ ਲੈਂਦੇ ਹਾਂ, ਫਿਰ ਸਾਨੂੰ ਕੋਈ ਚਿੰਤਾ, ਕੋਈ ਗਿਲਾ ਸ਼ਿਕਵਾ ਨਹੀਂ ਹੁੰਦਾ। ਚਿੰਤਾਵਾਂ, ਗਿਲੇ ਸ਼ਿਕਵੇ, ਸ਼ਿਕਾਇਤਾਂ ਉਹਨਾਂ ਦੇ ਮਨ ਵਿੱਚ ਜ਼ਿਆਦਾ ਹੁੰਦੀਆਂ ਨੇ ਜੋ ਆਪਣੇ ਵੱਲੋਂ ਪੂਰੀ ਕੋਸ਼ਿਸ਼ ਨਹੀਂ ਕਰ ਪਾਉਂਦੇ। ਜੇ ਆਪਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਨਾ, ਫਿਰ ਸਾਨੂੰ ਅੰਦਰ ਕੋਈ ਪਛਤਾਵਾ ਨਹੀਂ ਹੋਵੇਗਾ, ਸਾਡੇ ਅੰਦਰ ਸਬਰ ਹੋਵੇਗਾ, ਸਾਡੇ ਅੰਦਰ ਇਹ ਭਰੋਸਾ ਹੋਵੇਗਾ ਕਿ ਮੈਂ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਨਾ, ਮੇਰੇ ਵੱਲੋਂ ਕੋਈ ਕਮੀ ਨਹੀਂ ਰਹੀ। ਪਰ ਜੇ ਸਾਡੇ ਵੱਲੋਂ ਕਮੀ ਆ, ਫਿਰ ਅਸੀਂ ਦੁਖੀ ਹਾਂ, ਫਿਰ ਅਸੀਂ ਨਿਰਾਸ਼ਾ ਵਿੱਚ ਰਵਾਂਗੇ। ਸੋ ਬਸ ਮੁੱਕਦੀ ਗੱਲ ਇਹ ਆ ਕਿ ਜ਼ਿੰਦਗੀ ਦੇ ਵਿੱਚ ਆਈਆਂ ਦੁੱਖ ਤਕਲੀਫਾਂ ਨੂੰ ਦੇਖ ਕੇ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ, ਹਿੰਮਤ ਹਾਰ ਕੇ ਨਹੀਂ ਬੈਠਣਾ, ਕੋਸ਼ਿਸ਼ ਕਰਦੇ ਰਹਿਣਾ ਹੈ, ਇਮਾਨਦਾਰੀ ਦੇ ਨਾਲ ਮਿਹਨਤ ਕਰਨੀ ਆ, ਤਾਂ ਦੇਖਣਾ ਸਾਡੇ ਵੱਲੋਂ ਕੀਤੀ ਹੋਈ ਕੋਸ਼ਿਸ਼ ਜ਼ਰੂਰ ਕਾਮਯਾਬ ਹੋਵੇਗੀ, ਸਾਡੇ ਵੱਲੋਂ ਕੀਤੀ ਹੋਈ ਮਿਹਨਤ ਦਾ ਫਲ ਸਤਿਗੁਰ ਸੱਚੇ ਪਾਤਸ਼ਾਹ ਜੀ ਜ਼ਰੂਰ ਦੇਣਗੇ। ਸੋ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਫਿਰ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ। ਪਰ ਜੇਕਰ ਵਿੱਚੋਂ ਕੋਈ ਵੀ ਗੱਲ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਤੁਸੀਂ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮੈਨੂੰ ਮਾਫ਼ ਕਰ ਦੇਣਾ, ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਆਪਾਂ ਜੋ ਵੀ ਕਹਾਣੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਹਾਂ,
ਕਹਾਣੀ ਸੁਣਾਉਣ ਦੇ ਪਿੱਛੇ ਦਾ ਮਕਸਦ ਇਹ ਹੁੰਦਾ ਵੀ ਇਸ ਕਹਾਣੀ ਤੋਂ ਸਾਨੂੰ ਚੰਗੀ ਸਿੱਖਿਆ ਮਿਲ ਸਕੇ, ਅਸੀਂ ਆਪਣੇ ਜੀਵਨ ਨੂੰ ਸਹੀ ਸੇਧ ਦੇ ਸਕੀਏ, ਚੜ੍ਹਦੀ ਕਲਾ ਦੇ ਵਿੱਚ ਰਹਿ ਸਕੀਏ, ਖੁਸ਼ ਰਹਿ ਸਕੀਏ। ਕਹਾਣੀ ਦੇ ਰਾਹੀਂ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣਾ, ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਇਹ ਸਾਡਾ ਮਕਸਦ ਨਹੀਂ ਆ, ਬਲਕਿ ਸਾਡਾ ਮਕਸਦ ਇਹ ਆ ਕਿ ਅਸੀਂ ਇੱਕ ਚੰਗੀ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਸਹੀ ਸੇਧ ਦੇ ਸਕੀਏ, ਜ਼ਿੰਦਗੀ ਦੀ ਨਿਰਾਸ਼ਾ ਦੂਰ ਕਰ ਸਕੀਏ, ਜ਼ਿੰਦਗੀ ਦੀਆਂ ਇਹ ਚਿੰਤਾਵਾਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਡਟ ਕੇ ਹੱਸ ਕੇ ਮੁਕਾਬਲਾ ਕਰ ਸਕੀਏ। ਜ਼ਿੰਦਗੀ ਦੇ ਵਿੱਚ ਕਿਸੇ ਵੀ ਔਖੀ ਸੌਖੀ ਘੜੀ ਦੇ ਵਿੱਚ ਹਿੰਮਤ ਨਹੀਂ ਹਾਰਨੀ।